ਇੱਕੋ ਪਰਿਵਾਰ ਦੇ ਦੋ ਬੱਚੇ ਦੀ ਜੋ ਕਿ ਇੱਕੋ ਪਰਿਵਾਰ ਦੇ ਦੋਏ ਬੱਚੇ ਬਿਲਕੁਲ ਖਤਮ ਹੋ ਚੁੱਕੇ ਨੇ। ਇਹ ਸਕੂਲਾਂ ਵਾਲੇ ਜਿਹੜੇ ਵਪਾਰੀ ਬਣ ਗਏ, ਇਹ ਪੈਸੇ ਕਮਾਉਣ ਦੇ ਚੱਕਰਾਂ 'ਚ, ਇਹ ਪੈਸੇ ਬਚਾਉਣ ਦੇ ਚੱਕਰਾਂ 'ਚ ਮਾੜੀਆਂ ਗੱਡੀਆਂ ਹਾਇਰ ਕਰਦੇ ਨੇ, ਮਾੜੀ ਤੋਂ ਮਾੜੀ ਅਨਟ੍ਰੇਨ ਡਰਾਈਵਰ ਜਿਹੜੇ ਤਨਖਾਹ ਘੱਟ ਲੈਂਦੇ ਨੇ ਉਹਨਾਂ ਨੂੰ ਹਾਇਰ ਕਰਦੇ ਨੇ। ਸੋ ਇਹ ਕਿਤੇ ਨਾ ਕਿਤੇ ਇਹ ਲਾਲਚ ਦੇ ਵਿੱਚੋਂ ਨਿਕਲਿਆ ਹੋਇਆ ਘਟਨਾ ਘਟਨਾ। ਸੰਗਰੂਰ ਦੇ ਲੌਂਗੋਵਾਲ ਕਸਬੇ ਵਿੱਚ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ 4 ਸਕੂਲੀ ਬੱਚਿਆਂ ਦੀ ਬੁਰੇ ਤਰੀਕੇ ਨਾਲ ਝੁਲਸਣ ਕਾਰਨ ਮੌਤ ਹੋ ਗਈ। ਜਦੋਂ ਸਕੂਲ ਵੈਨ ਬੱਚਿਆਂ ਨੂੰ ਛੁੱਟੀ ਤੋਂ ਬਾਅਦ ਘਰ ਛੱਡਣ ਜਾ ਰਹੀ ਸੀ ਤਾਂ ਅਚਾਨਕ ਵੈਨ ਵਿੱਚ ਅੱਗ ਲੱਗ ਗਈ, ਜਿਸ ਕਰਕੇ 4 ਬੱਚਿਆਂ ਦੀ ਮੌਕੇ ਤੇ ਅੱਗ ਲੱਗਣ ਨਾਲ ਮੌਤ ਹੋ ਗਈ, ਜਦਕਿ 8 ਬੱਚਿਆਂ ਨੂੰ ਆਲੇ ਦੁਆਲੇ ਦੇ ਖੇਤਾਂ ਵਿੱਚੋਂ ਕੰਮ ਕਰਨ ਵਾਲੇ ਲੋਕਾਂ ਨੇ ਬਹੁਤ ਮੁਸ਼ਕਿਲ ਨਾਲ ਬਚਾਇਆ। ਬੱਚਿਆਂ ਦੀ ਉਮਰ 4 ਤੋਂ 5 ਸਾਲ ਦੱਸੀ ਜਾ ਰਹੀ ਹੈ। ਜਿਉਂ ਹੀ ਇਹ ਖਬਰ ਇਲਾਕੇ ਵਿੱਚ ਫੈਲੀ ਤਾਂ ਵੱਡੀ ਗਿਣਤੀ ਵਿੱਚ ਲੋਕ ਤਾਹਾ ਮਾਰਦੇ ਘਟਨਾ ਤੇ ਪਹੁੰਚੇ ਅਤੇ ਆਪਣੇ ਆਪਣੇ ਬੱਚਿਆਂ ਨੂੰ ਲੱਭਣ ਵਿੱਚ ਜੁੱਟ ਗਏ। ਥਾਣਾ ਲੌਂਗੋਵਾਲ ਦੇ SHO ਬਲਵੰਤ ਸਿੰਘ ਵੀ ਆਪਣੀ ਟੀਮ ਸਮੇਤ ਮੌਕੇ ਤੇ ਪਹੁੰਚੇ। ਵੈਨ ਦੀ ਖਸਤਾ ਹਾਲਤ ਨੂੰ ਲੈ ਕੇ ਇੱਥੇ ਇਕੱਠੇ ਹੋਏ ਹਜ਼ਾਰਾਂ ਲੋਕਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਬਿਊਰੋ ਰਿਪੋਰਟ, ਟਰੂ ਸਕੂਲ। ਇਹ ਜੀ ਸਿਮਰਨ ਪਬਲਿਕ ਸਕੂਲ ਆ ਜੋ ਕਿ 4-5 ਸਾਲਾਂ ਤੋਂ ਚੱਲ ਰਿਹਾ, ਜੋ ਕਿ ਪਹਿਲਾਂ ਲੌਂਗੋਵਾਲ ਦੇ ਵਿੱਚ ਚੱਲਦਾ ਸੀ। ਇਸ ਸਾਲ ਦੇ ਵਿੱਚ ਇਹਨਾਂ ਨੇ ਆਪਣੀ ਹੀ ਪ੍ਰੋਪਰਟੀ ਲੈ ਕੇ ਜੋ ਸਕੂਲ ਹੈ ਲੌਂਗੋਵਾਲ ਪਿੰਡੀ ਰੋਡ ਦੇ ਉੱਤੇ ਸ਼ਿਫਟ ਕੀਤਾ ਸੀ। ਇਹਨਾਂ ਨੇ ਇਹ ਜੇ ਸਕੂਲ ਦੇ ਵਿੱਚ ਬੱਚਿਆਂ ਨੂੰ ਆਉਣ ਜਾਣ ਲਈ ਜੋ ਟਰਾਂਸਪੋਰਟ ਦਾ ਪ੍ਰਬੰਧ ਕੀਤਾ ਸੀ, ਇਹਨਾਂ ਕੋਲ ਇੱਕ ਬੱਸ ਪਹਿਲਾਂ ਸੀ ਅਤੇ ਜਿਹੜੀ ਬੱਸ ਮਿੰਨੀ ਵੈਨ ਨੂੰ ਓਮਿਨੀ ਨੂੰ ਅੱਗ ਲੱਗੀ ਹੈ, ਇਹ ਰਾਤ ਹੀ ਸਕੂਲ ਵਾਲੇ ਪ੍ਰਸ਼ਾਸਨ ਨੇ ਖਰੀਦ ਕੇ ਲਿਆਂਦੀ ਸੀ। ਇਹਨਾਂ ਨੂੰ ਛੁੱਟੀ ਹੋਣ ਤੋਂ ਬਾਅਦ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ ਤਾਂ ਇਹ ਕੋਈ ਤਕਨੀਕੀ ਪ੍ਰੋਬਲਮ ਆਉਣ ਦੇ ਕਾਰਨ ਇਸ ਮਿੰਨੀ ਵੈਨ ਨੂੰ ਅੱਗ ਲੱਗ ਗਈ, ਜਿਸ ਦੇ ਵਿੱਚ 12 ਬੱਚੇ ਦੀ ਅੱਗ ਦੇ ਜਦੋਂ ਅੱਗ ਲੱਗੀ ਡਰਾਈਵਰ ਨੇ ਰੌਲਾ ਪਾਇਆ ਤਾਂ ਖੇਤਾਂ ਦੇ ਵਿੱਚੋਂ ਭੱਜ ਕੇ ਸਾਰੇ ਆਏ ਤਾਂ ਇਹਦੇ ਸ਼ੀਸ਼ੇ ਤੋੜ ਕੇ ਟਾਕੀਆਂ ਖੋਲ੍ਹ ਕੇ ਤਾਂ 8 ਬੱਚੇ ਜਿਹੜੇ ਸੀ ਉਹ ਝੁਲਸੇ ਕੁਛ ਬਾਹਰ ਕੱਢ ਲਏ ਅਤੇ 4 ਬੱਚੇ ਬਿਲਕੁਲ ਬੁਰੀ ਤਰ੍ਹਾਂ ਜਲ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਇੱਕੋ ਪਰਿਵਾਰ ਦੇ 2 ਬੱਚੇ ਦੀ ਜੋ ਕਿ ਇੱਕੋ ਪਰਿਵਾਰ ਦੇ 2 ਬੱਚੇ ਬਿਲਕੁਲ ਖਤਮ ਹੋ ਚੁੱਕੇ ਨੇ। ਠੀਕ ਹੈ ਜੀ, ਅਤੇ ਅਸੀਂ ਪ੍ਰਸ਼ਾਸਨ ਨੂੰ ਤੋਂ ਮੰਗ ਚਾਹੁੰਦੇ ਹਾਂ ਵੀ ਜਿੰਨੇ ਵੀ ਲੌਂਗੋਵਾਲ ਦੇ ਵਿੱਚ ਪ੍ਰਾਈਵੇਟ ਸਕੂਲ ਚੱਲਦੇ ਨੇ ਉਹਨਾਂ ਦੇ ਇਕੱਲੇ ਇਕੱਲੇ ਪ੍ਰਾਈਵੇਟ ਟਰਾਂਸਪੋਰਟ ਦੀ ਚੈਕਿੰਗ ਹੋਣੀ ਚਾਹੀਦੀ ਹੈ। ਕਿੰਨੇ ਆ ਪੁਰਾਣੀਆਂ ਬੱਸਾਂ ਜੋ ਕਿ ਅੱਜ ਦੀਆਂ ਨਹੀਂ, ਕਈ ਸਾਲਾਂ ਤੋਂ ਅਸੀਂ ਦੇਖਦੇ ਆਉਂਦੇ ਹਾਂ ਕਿ ਕੋਈ 20,000 ਦੀ ਵੈਨ ਲਿਆਉਂਦਾ, ਕੋਈ 1,00,000 ਦੀ ਵੈਨ ਲਿਆਉਂਦਾ, ਜਿਨ੍ਹਾਂ ਸਕੂਲਾਂ ਦੇ ਵਿੱਚ ਬੱਚੇ ਬਹੁਤ ਹੀ ਜ਼ਿਆਦਾ ਹਾਈ ਫੀਸਾਂ ਲੈ ਕੇ ਇਹ ਐਡਮਿਸ਼ਨਾਂ ਕਰਵਾਉਂਦੇ ਨੇ। ਅਸੀਂ ਚਾਹੁੰਦੇ ਹਾਂ ਕਿ ਲੌਂਗੋਵਾਲ ਵੱਲੋਂ ਵੀ ਇਹ ਸਾਰੀਆਂ ਬੱਸਾਂ ਦੀ ਚੈਕਿੰਗ ਹੋਣੀ ਚਾਹੀਦੀ ਹੈ ਵੀ ਕਿਸ ਬੱਸ ਕਿਹੜੇ ਮਾਡਲ ਦੀ ਹੈ। ਇਹ ਹਾਦਸਾ ਸਰ, ਮੈਂ ਲੌਂਗੋਵਾਲ ਤੋਂ ਜਾ ਰਿਹਾ ਸੀ ਪਿੰਡ ਭੂਰਿਆ ਮੇਰਾ, ਇਹ ਰੋਡ 'ਤੇ ਸਕੂਲ, ਇੱਧਰੋਂ ਇਹ ਵੈਨ ਆ ਰਹੀ ਸੀ। ਇਹਨੂੰ ਤਕਰੀਬਨ ਇਹ 35-40 ਕਰਮਾ ਲਾ ਲਓ 150-200 ਫੁੱਟ ਤੋਂ ਨਾ ਇਹ ਅੱਗ ਲੱਗੀ ਆ ਰਹੀ ਸੀ ਥੱਲੋਂ। ਮੈਂ ਇਹਨੂੰ ਮੂਹਰਲੇ ਪਾਸੋਂ ਹੱਥ ਦਿੱਤਾ ਵੀ ਅੱਗ ਲੱਗਿਆ ਰਹੀ ਹੈ, ਡਰਾਈਵਰ ਨੂੰ ਕੋਈ ਪਤਾ ਨਹੀਂ ਲੱਗਿਆ ਸੀ। ਅਤੇ ਮਗਰੋਂ ਕੁਛ ਮੁੰਡੇ ਮਗਰੋਂ ਭੱਜੇ ਆਉਂਦੇ ਅਤੇ ਉਹ ਜਿਹੜੇ ਟਰਾਲੀ 'ਤੇ ਜਾ ਰਹੇ ਤੇ ਉਹ ਸਮਾਨ ਲੈ ਕੇ ਬੋਰ ਦਾ, ਅਸੀਂ 3-4 ਕੁ ਜਣੇ ਤੇ ਅਸੀਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰੀ ਆ ਭਾਈ, ਖੱਬੀ ਟਾਕੀ ਖੋਲ੍ਹ ਕੇ ਅਸੀਂ ਕੁਛ ਜਵਾਬ ਕੱਢੇ ਨੇ 7-8। ਜਿਹੜੀ ਉਹ 2 ਟਾਕੀ ਹੱਥੋਂ ਨਹੀਂ ਖੁੱਲੀ ਉਹਦੇ ਵੀ ਇੱਕ ਜਵਾਬ ਕੱਢਿਆ ਅਸੀਂ ਸ਼ੀਸ਼ਾ ਤੋੜ ਕੇ, ਅਤੇ ਅੱਗ ਸਾਨੂੰ 1.5 ਸਕਿੰਟ 'ਚ ਅੱਗ ਚੜ੍ਹ ਗਈ। ਇਹ ਬਿਲਕੁਲ ਅਣਗਹਿਲੀ ਹੈਗੀ, ਥੱਲੋਂ ਅੱਗ ਲੱਗੀ ਹੋਈ ਜਿਹੜੀ ਇਹ ਪੂਰੀ ਭੱਖੀ ਆ ਰਹੀ ਸੀ ਥੱਲੋਂ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਮੰਗ ਸਰ ਇਹੀ ਕਰਦੇ ਮੈਂ, ਇਹ ਟਰਾਂਸਪੋਰਟ ਪੁਰਾਣੀਆਂ ਗੱਡੀਆਂ ਨੂੰ ਤੇ ਰੋਕ ਲਾਈ ਜਾਵੇ, ਚੰਗੇ ਸਕੂਲ ਦੇ
ਕੋਈ ਫੀਸਾਂ ਲੈਂਦੇ ਨੇ ਇਹ ਚੰਗੇ ਡਰਾਈਵਰ ਕੀ ਬਾਕੀ ਗੱਡੀਆਂ ਵਧੀਆ ਹੋਣੀ ਚਾਹੀਦੀਆਂ ਨਵੀਆਂ ਇਹ ਕਿਤੇ ਨਾ ਤੇ ਅੱਗ ਲੱਗੀ ਆ ਸਪਾਰਕ ਹੋਈ ਜਾਂ ਕੁਛ ਵੀ ਲੱਗੀ ਇਹ ਪੈਟਰੋਲ ਤੇ ਜੀ ਹਾਦਸਾ ਮਤਲਬ ਇਹਦੇ ਵਾਸਤੇ ਲਫ਼ਜ਼ ਨਹੀਂ ਹੈਗੇ ਕਿ ਅਸੀਂ ਕਿਸੇ ਨਾਲ ਦੁੱਖ ਪ੍ਰਗਟ ਕਰੀਏ ਉਹਨਾਂ ਪਰਿਵਾਰਾਂ ਨਾਲ ਜਿਨ੍ਹਾਂ ਦੇ ਮਾਸੂਮ ਜਿਨ੍ਹਾਂ ਨੂੰ ਉਹਨਾਂ ਨੇ ਭਵਿੱਖ ਦੇ ਵਿੱਚ ਬਹੁਤ ਵੱਡੇ ਅਫਸਰ ਜਾਂ ਬਹੁਤ ਵੱਡੇ ਬੰਦੇ ਬਣਾਉਣ ਦੇ ਸੁਪਨੇ ਲਏ ਸੀ ਅਤੇ ਅੱਜ ਉਹ ਸੁਪਨੇ ਜਿਹੜੇ ਨੇ ਉਹ ਸਾਰੇ ਧਰੇ ਧਰਾਏ ਰਹਿ ਗਏ ਅਤੇ ਪ੍ਰਸ਼ਾਸਨਿਕ ਢਿੱਲ ਕੀ ਸਮਝਦੇ ਹੋਗੇ ਕਿ ਵੈਨ ਹੈ ਜਿਹੜੀ ਉਹਦੀ ਹਾਲਤ ਹੀ ਨਹੀਂ ਮੈਂ ਡੀ ਸੀ ਸਾਹਿਬ ਨਾਲ ਗੱਲ ਕੀਤੀ ਐਸ ਐਸ ਪੀ ਸਾਹਿਬ ਨਾਲ ਵੀ ਗੱਲ ਕੀਤੀ ਹੈ ਕਿ ਡਰਾਈਵਰ ਜਿਹੜਾ ਉਹ ਭੱਜ ਗਿਆ ਸ਼ਾਇਦ ਜੇ ਡਰਾਈਵਰ ਥੋੜ੍ਹੀ ਜਿਹੀ ਕੁਛ ਪਹਿਲਾਂ ਕਰ ਲੈਂਦਾ ਤਾਂ ਬੱਚਿਆਂ ਨੂੰ ਬਚਾਇਆ ਜਾ ਸਕਦਾ ਸੀ ਜਦੋਂ ਤੱਕ ਲੋਕ ਆਏ ਵੋਟਾਂ ਦੇ ਵਿੱਚੋਂ ਤਾਂ ਉਦੋਂ ਤੱਕ ਚਾਰ ਬੱਚੇ ਜਿਹੜੇ ਜਿਨ੍ਹਾਂ ਦੀਆਂ ਡੈਡ ਬੋਡੀਆਂ ਦੇਖ ਰਹੇ ਹਾਂ ਜਾ ਚੁੱਕੇ ਸੀ ਅਤੇ ਪ੍ਰਿੰਸੀਪਲ ਸਕੂਲ ਦਾ ਟਰਾਂਸਪੋਰਟੇਸ਼ਨ ਹੈੱਡ ਸਕੂਲ ਦਾ ਅਤੇ ਇਹਦਾ ਮਾਲਕ ਅਤੇ ਡਰਾਈਵਰ ਉਹਨਾਂ 'ਤੇ ਸਖ਼ਤ ਤੋਂ ਸਖ਼ਤ ਜੋ ਵੀ ਸਭ ਤੋਂ ਵੱਧ ਧਾਰਾਵਾਂ ਜਿਹੜੀਆਂ ਸਖ਼ਤ ਤੋਂ ਸਖ਼ਤ ਨੇ ਉਹਨਾਂ ਦੇ ਖਿਲਾਫ਼ ਪਰਚਾ ਹੋਣਾ ਚਾਹੀਦਾ ਤਾਂ ਕਿ ਭਵਿੱਖ ਦੇ ਵਿੱਚ ਇਹ ਕੋਈ ਪਹਿਲੀ ਕਰਨਾ ਨਹੀਂ ਹੈਗੀ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਇੱਕ ਬੈਨ ਡਿੱਗੀ ਇਹ ਸਕੂਲਾਂ ਵਾਲੇ ਜਿਹੜੇ ਵਪਾਰੀ ਬਣ ਗਏ ਇਹ ਪੈਸੇ ਕਮਾਉਣ ਦੇ ਚੱਕਰਾਂ 'ਚ ਇਹ ਪੈਸੇ ਬਚਾਉਣ ਦੇ ਚੱਕਰਾਂ 'ਚ ਮਾੜੀਆਂ ਗੱਡੀਆਂ ਹਾਇਰ ਕਰਦੇ ਨੇ ਮਾੜੀ ਤੋਂ ਮਾੜੀ ਅਨਟ੍ਰੇਨਡ ਡਰਾਈਵਰ ਜਿਹੜੇ ਤਨਖਾਹ ਘੱਟ ਲੈਂਦੇ ਨੇ ਉਹਨਾਂ ਨੂੰ ਹਾਇਰ ਕਰਦੇ ਨੇ ਸੋ ਇਹ ਕਿਤੇ ਨਾ ਕਿਤੇ ਇਹ ਲਾਲਚ ਦੇ ਵਿੱਚੋਂ ਨਿਕਲਿਆ ਹੋਇਆ ਘਟਨਾ ਹੈ।